सो सत श्री अकाल दोस्तों, पेंडू आस्ट्रेलिया नाल जुड़ चुके सारे दर्शकों को एक बार फिर सत श्री अकाल। ते मैं तुहाडा दोस्त ते होस्ट मिंटू बराड़ अज सबबी ढुड्डी के आए सी। आए तो किसी होर घर से डॉक्टर बिक्रम सिंह गिल होरां दी इंटरव्यू करन आए सी, ते पर उन्हां दा घर बिल्कुल उस थां ते सी जिथे कि लाला लाजपत राय दा इक समारक बनया होया, उन्हां दा जन्म स्थान आ। सो बहुत सारे लोग आपो अपनी कंट्रोवर्सी करते आ, किसी हर बंदा हर पक्ष का राजी नहीं हुंदा, पर उन्हां लोगों नूं याद किया जाता जिन्हां ने कुछ ना कुछ किया होवे, किसी ने किसी रूप च किया होवे। ठीक आ, किवें मनशा सी कितों सी, पर असीं जदों तो पढ़ते आए हाँ जां सुणदे आए हाँ तां लाला लाजपत राय का एक आजादी घलाटी के नाँ के उत्ते वड्डा नाँ दे तौर ते असीं जाणदे आए हां। जिहनूं पसंद आ ਉਹ ਪਸੰਦ ਕਰ ਲਏ, ਜਿਹਨੂੰ ਨਹੀਂ ਪਸੰਦ ਆ ਨਾ ਪਸੰਦ ਕਰੇ, ਉਹ ਮੈਟਰ ਨਹੀਂ ਕਰਦਾ ਸਾਡੇ ਕੀ ਵੀ, ਉਹ ਮੈਟਰ ਨਹੀਂ ਕਰਦੇ, ਪਰ ਮੈਟਰ ਇਹ ਕਰਦਾ ਵੀ ਇਹ ਧਰਤੀ ਉਹ ਧਰਤੀ ਆ ਜਿੱਥੇ ਲਾਲਾ ਲਾਜਪਤ ਰਾਏ ਦਾ ਜਨਮ ਸਥਾਨ ਆ, ਜਨਮ ਹੋਇਆ, ਅਤੇ ਇਹ ਉਹ ਧਰਤੀ ਹੈ ਜਿੱਥੇ ਖਾਸੇ ਪ੍ਰਧਾਨ ਮੰਤਰੀ ਖਾਸੇ ਰਾਸ਼ਟਰਪਤੀ ਇੱਥੇ ਆ ਕੇ ਗਏ ਆ, ਜਿਨ੍ਹਾਂ ਦਾ ਥਾਂ ਥਾਂ 'ਤੇ ਦਰਜਾ ਨਾਂ ਦਰਜਾ, ਅਤੇ ਇਸ ਲਈ ਇਹ ਧਰਤੀ ਆਮ ਤਾਂ ਨਹੀਂ ਹੋ ਸਕਦੀ। ਦੇਖੋ ਜੇ ਕਿਸੇ ਮੁਲਕ ਦਾ ਮੁਖੀ ਜਾਂ ਉਹਦਾ ਪ੍ਰਧਾਨ ਮੰਤਰੀ ਆਉਂਦਾ ਹੈਗਾ ਤਾਂ ਕੋਈ ਤਾਂ ਕਾਰਨ ਹੋਊਗਾ ਇਸ ਲੈਵਲ ਤੱਕ ਪਹੁੰਚਣ ਵਾਸਤੇ, ਇਕੱਲੀਆਂ ਜਿਹੜੀਆਂ ਗੱਲਾਂ ਨਹੀਂ ਬਣਦੀਆਂ ਹੁੰਦੀਆਂ ਗੱਲਾਂ, ਕੁਝ ਨਾ ਕੁਛ ਤਾਂ ਕੀਤਾ ਹੋਊ। ਆਪਾਂ 100% ਨਹੀਂ ਜੇ ਕਿਸੇ ਨੂੰ ਦੇ ਸਕਦੇ ਤਾਂ 50% 30% ਕੁਛ ਤਾਂ ਕੀਤਾ ਹੋਊਗਾ, ਅਤੇ ਦੁੱਖ ਇਸ ਗੱਲ ਦਾ ਆਉਂਦਾ ਕਿ ਯਾਰੀ ਉਹ ਬੰਦੇ ਨੁਕਤਾ 'ਚ ਨਹੀਂ ਕਰਦੇ ਜਿਨ੍ਹਾਂ ਨੇ ਆਪ ਖੁਦ ਜ਼ਿੰਦਗੀ 'ਚ ਕੁਛ ਨਹੀਂ ਕੀਤਾ ਹੁੰਦਾ। ਸੋ ਮੈਂ ਕਿਸੇ ਨੂੰ ਸਹਿਮਤੀ ਨਹੀਂ ਦਿੰਦਾ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਹਰ ਦੀ ਆਪਦੀ ਰਾਏ ਆ, ਪਰ ਅਸੀਂ ਇਸ ਧਰਤੀ 'ਤੇ ਆਏ ਸੀ ਅਤੇ ਅਸੀਂ ਉਹਨਾਂ ਲੋਕਾਂ ਲਈ ਇਹ ਸ਼ੂਟ ਕਰਨਾ ਸ਼ੁਰੂ ਕਰਤਾ ਵੀ ਜਿਹੜੇ ਲੋਕਾਂ ਨੂੰ ਚਲੋ ਇਹ ਚੰਗੀਆਂ ਲੱਗਦੀਆਂ ਗੱਲਾਂ ਉਹ ਦੇਖ ਲੈਣ, ਦੂਜੇ ਛੱਡ ਦੇਣ, ਅਤੇ ਸਾਡੇ ਨਾਲ ਚਲੋ ਡਾਕਟਰ ਗਿੱਲ ਸਾਹਿਬ ਦਾ ਨਾਲ ਹੀ ਆ, ਉਹ ਵੀ ਸਾਨੂੰ ਦੱਸ ਰਹੇ ਆ ਕੁਝ ਕੁ ਇੱਥੋਂ ਬਾਰੇ ਜਾਣਕਾਰੀ, ਅਤੇ ਪਰ ਇਸ ਸਥਾਨ ਦੇ ਉੱਤੇ ਜਿਹੜੇ ਹੁਣ ਐਜ ਏ ਸਕੱਤਰ ਦੇ ਤੌਰ 'ਤੇ ਭੂਮਿਕਾ ਨਿਭਾ ਰਹੇ ਆ, ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਕੁਝ ਉਹਨਾਂ ਤੋਂ ਜਾਣਦੇ ਹਾਂ। ਆ ਜਾਓ ਫਿਰ ਠੀਕ ਜੀ। ਹੁਣ ਬਾਈ ਜੀ ਤੁਸੀਂ ਐਜ ਏ ਸਕੱਤਰ ਇੱਥੇ ਭੂਮਿਕਾ ਨਿਭਾ ਰਹੇ ਹੋ, ਕਿੰਨੇ ਚਿਰ ਤੋਂ? ਮੈਨੂੰ 5 ਸਾਲ ਹੋ ਗਏ। 5 ਸਾਲ ਹੋ ਗਏ ਤੁਸੀਂ ਕੋਈ ਜਿਹੜੀ ਹੈ ਜੀ, ਸਾਡੇ ਹੁਣ ਦੁਨੀਆ ਭਰ ਤੋਂ ਦਰਸ਼ਕ ਦੇਖਦੇ ਆ ਪਿੰਡ ਆਸਟ੍ਰੇਲੀਆ ਨੂੰ, ਅਤੇ ਤੁਸੀਂ ਜਿਹੜੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਸਥਾਨ ਆ, ਇਹਦੇ ਉੱਤੇ ਕੀ ਮਹਿਸੂਸ ਕਰਦੇ ਹੋ ਜਾਂ ਕੀ ਕੁਛ ਖਾਸ ਗੱਲਾਂ ਜਿਹੜੀਆਂ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ? ਮਤਲਬ ਮੈਂ ਇੰਨੀ ਹੀ ਮਹਿਸੂਸ ਕਰਦਾ ਵੀ ਮੈਨੂੰ ਬਹੁਤ ਸੇਵਾ ਕਰਨ ਦਾ ਮੌਕਾ ਮਿਲਿਆ ਜੀ। ਸਾਫ਼ ਸਫਾਈ ਆ, ਦੇਖ ਰੇਖ, ਕੋਈ ਬਾਹਰੋਂ ਬੰਦਾ ਆਉਂਦਾ ਜਿਵੇਂ ਤੁਸੀਂ ਆਏ ਆ ਜੀ ਜੀ, ਉਹਨਾਂ ਨੂੰ ਸਾਰਾ ਕੁਝ ਦੱਸਣਾ ਜੀ, ਉਦਘਾਟਨ ਕਦੋਂ ਕੀਤਾ ਸੀਗਾ, ਨੀਂਹ ਪੱਥਰ ਕਦੋਂ ਰੱਖਿਆ ਸੀਗਾ, ਬਹੁਤ ਕਦੋਂ ਲਾਇਆ ਗਿਆ ਸੀ, ਉੱਪਰ ਲਾਇਬ੍ਰੇਰੀ ਬਣੀ ਹੋਈ ਆ, ਉਹ ਵੀ ਸਾਰੀ ਜਾਣਕਾਰੀ ਦਿਓ ਜੀ। ਸੋ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਥੋੜ੍ਹੀ ਥੋੜ੍ਹੀ ਜਾਣਕਾਰੀ ਦਿਓ ਹਾਂਜੀ, ਕਿ ਕਦੋਂ ਤੋਂ ਇਹ ਜਿਹੜਾ ਇਹਦਾ ਉਦਘਾਟਨ ਹੋਇਆ ਅਤੇ ਕਦੋਂ ਬੁੱਤ ਸਥਾਪਨਾ ਹੋਈ? ਇਹ ਬੁੱਤ 2007 'ਚ ਲਾਇਆ। 28-28-2007। ਅੱਛਾ ਅੱਛਾ। ਅਤੇ ਜਗ੍ਹਾ ਕਦੋਂ ਦੀ ਡਿਵੈਲਪ ਹੋਈ ਹੈ? ਇਹ ਆਪਣੇ 1969 ਦੇ ਵਿੱਚ ਆਪਣੇ ਭਾਰਤ ਦੇ ਰਾਸ਼ਟਰਪਤੀ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ, ਡਾਕਟਰ ਰਾਜਿੰਦਰ ਪ੍ਰਸਾਦ। ਹਾਂਜੀ ਹਾਂਜੀ ਜੀ ਜੀ। 1965 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਹੁੰਦੇ ਆਏ ਸੀ। ਅੱਛਾ। ਉਹ 1990 ਦੇ ਵਿੱਚ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਆਏ, ਉਹ ਆਏ, ਉਹਨਾਂ ਦੇ ਨਾਲ ਅਟਲ ਬਿਹਾਰੀ ਵਾਜਪੇਈ ਆਏ ਸੀ, ਗੁਜਰਾਤ, ਭੁਪਿੰਦਰ ਮਹੋਤਰਾ, ਕ੍ਰਿਸ਼ਨ ਕਾਂਤ ਬੋਸ ਆਏ, 9 ਮੈਂਬਰੀ ਕਮੇਟੀ ਆਈ ਸੀ, ਬਾਦਲ ਸਾਹਿਬ ਦਾ 5 ਵਾਰੀ ਆਏ ਸੀ, ਹਰ ਸਾਲ ਆਉਂਦੇ। ਸੋ ਇੱਥੇ ਕੀ ਸਾਲਾਨਾ ਸਮਾਗਮ ਵੀ ਹੁੰਦਾ ਕੋਈ? ਇੱਥੇ 15 ਅਗਸਤ ਹੁੰਦਾ ਜੀ, ਉਹਦੇ 'ਚ ਡਾਲਰ ਆ ਜਾਂਦਾ, 17 ਨਵੰਬਰ ਇਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ, 26-27-28 ਜਨਵਰੀ ਜਨਮੀ ਦਾ ਜਨਮ ਦਿਨ ਆ ਜੀ, ਖੇਡ ਮੇਲਾ ਮਨਾਇਆ ਜਾਂਦਾ। ਸੋ ਲਾਲਾ ਜੀ ਦਾ ਅੱਗੇ ਕੋਈ ਵੰਸ਼ਾਂ 'ਚੋਂ ਪਰਿਵਾਰ 'ਚੋਂ ਕੋਈ ਬਾਹਰ ਹੀ ਸਾਰੇ ਬਾਹਰ ਹੈ ਇੱਥੇ ਕੋਈ ਨਹੀਂ? ਠੀਕ ਹੈ ਜੀ। ਸੋ ਪਰ ਉਹ ਆਉਂਦੇ ਆ ਟਾਈਮ ਟੂ ਟਾਈਮ ਜਾਂ ਕਿ? 1990 ਦੇ ਵਿੱਚ ਕੋ ਆਏ ਸੀ ਜਦੋਂ ਸਾਰੀ ਟੀਮ ਆਈ ਸੀ। ਹਾਂਜੀ, ਉਹ ਉਹਨਾਂ ਦੀ ਕੋਈ ਆਇਆ ਜੀ ਲੜ ਸੀਗੀ, ਫਿਰ ਲੜੀ ਜਾਏ ਸੀ, ਉਹਨਾਂ ਨੂੰ ਸਨਮਾਨਿਤ ਕੀਤਾ। ਤੋ ਤੁਹਾਡੀ ਇੱਥੇ ਅਫੀਸ਼ੀਅਲ ਸਾਂਭ ਸੰਭਾਲੀ ਦੀ? ਹਾਂਜੀ, ਸਾਂਭ ਸੰਭਾਲੀ ਮਾਲੀ ਆ, ਸਲੀਪਰ ਆ, ਮੈਂ ਦੇਖ ਰੇਖ ਸਾਰੇ। ਮੈਂ ਇੱਕ ਥੋੜ੍ਹਾ ਜਿਹਾ ਅਟਪਟਾ ਸਵਾਲ ਆ ਵੈਸੇ ਤਾਂ, ਪਰ ਮੈਨੂੰ ਥੋੜ੍ਹੀ ਜਿਗਿਆਸਾ ਹੈਗੀ ਲਾਇਬ੍ਰੇਰੀ ਦੇ ਮਾਮਲੇ 'ਚ। ਲਾਇਬ੍ਰੇਰੀਆਂ ਦਾ ਕਨਸੈਪਟ ਬਹੁਤ ਪੁਰਾਣਾ ਅਤੇ ਅੱਜ ਵੀ ਬਹੁਤ ਸ਼ਹਿਰਾਂ 'ਚ ਪਿੰਡਾਂ 'ਚ ਇਹ ਕਿਹਾ ਜਾਂਦਾ ਲਾਇਬ੍ਰੇਰੀਆਂ ਖੋਲ੍ਹੋ, ਲਾਇਬ੍ਰੇਰੀਆਂ ਖੋਲ੍ਹੋ, ਖੁੱਲ੍ਹ ਜਾਂਦੀਆਂ, ਸਰਕਾਰ ਹੈਲਪ ਕਰ ਦਿੰਦੀ ਆ, ਕਈ ਲੋਕ ਹੈਲਪ ਕਰ ਦਿੰਦੇ ਆ। ਕਿਤੇ ਇਸ ਲਾਇਬ੍ਰੇਰੀ 'ਚ ਤੁਸੀਂ ਤਾਂ ਬਹਿੰਦੇ ਹੋ ਰੋਜ਼, ਕੋਈ ਆਉਂਦਾ ਪੜ੍ਹਨ? ਕਿਤੇ ਕਿਤਾਬ ਬਹੁਤ ਘੱਟ ਆਉਂਦੇ ਆ ਲੈ ਜਾਂਦੇ ਆ, 5-7 ਕਿਤਾਬਾਂ ਮੁੜ ਜਾਂਦੇ ਆ, ਬੱਚੇ ਲੈ ਬੈਠ ਕੇ ਪੜ੍ਹਨ ਵਾਲਾ ਕੋਈ ਕਨਸੈਪਟ ਨਹੀਂ, ਪੜ੍ਹਨ ਵਾਲੇ ਲੈ ਜਾਂਦੇ ਆ ਪਰ ਬਹੁਤ ਘੱਟ। ਇਸੇ ਪਿੰਡ ਦੇ ਜਾਂ ਨੇੜਲੇ ਹੋਰ ਪਿੰਡ ਦੇ ਬਾਹਰਲੇ ਵੀ ਜਾਂਦੇ? ਬਾਹਰਲੇ ਵੀ ਜਾਂਦੇ। ਪਰ ਤੁਸੀਂ ਜੇ ਇਹਨੂੰ 100 ਚੋਂ ਆਪਾਂ ਨੰਬਰ ਦਈਏ, 5-10% ਕਿੰਨੇ ਕਾ? 5-10 ਵਾ। ਸੋ ਕਾਫੀ ਚਿੰਤਾ ਦਾ ਵਿਸ਼ਾ ਜੀ ਇਹ। ਤੁਸੀਂ ਇਹ ਤਾਂ ਚਲੋ ਇਹ ਥਾਂ ਦੇਖਣੀ ਨਾ ਦੇਖਣੀ ਅੱਡ ਚੈਪਟਰ ਆ, ਪਰ ਜੇ ਕਿਤਾਬਾਂ ਬੰਦ ਪਈਆਂ ਰਹਿ ਗਈਆਂ ਅਤੇ ਕਿਤਾਬਾਂ ਦੇ ਉੱਤੇ ਗਰਦ ਪਈ ਰਹੇਗੀ ਤਾਂ ਤੁਸੀਂ ਕੱਪੜਾ ਮਾਰ ਦਿੰਦੇ ਆ 15-20 ਦਿਨ ਜੀ ਜੀ ਝਾੜ ਦੇਈਦੀ ਆ ਜੀ, ਫਿਰ ਮਿੱਟੀ ਪੈ ਜਾਂਦੀ। ਕਿੰਨੀਆਂ ਕੁ ਕਿਤਾਬਾਂ ਇੱਥੇ? ਕਿਤਾਬਾਂ ਹੈਗੀਆਂ ਮੇਰੇ ਖਿਆਲ 1000-1500, 2000 2000 ਕਿਤਾਬ ਹੈਗੀ ਹੈ ਜੀ। ਅਤੇ ਸਰਕਾਰ ਟਾਈਮ ਟੂ ਟਾਈਮ ਇਹਨੂੰ ਸੰਭਾਲਦੀ ਹੈ ਜਾਂ ਹੋਰ ਕਰਦੀ ਹੈ? ਅਸੀਂ ਸਭ ਸਾਂਭਦੇ। ਅੱਛਾ, ਇਹ ਸਰਕਾਰੀ ਆ ਦਾ ਤੌਰ 'ਤੇ ਸਾਹਮਣੇ ਜਾਂ ਪ੍ਰਾਈਵੇਟ ਟਰੱਸਟ ਬਣਿਆ? ਮਤਲਬ ਇਹ ਕਮੇਟੀ ਬਣੀ ਹੋਈ, ਕਮੇਟੀ ਬਣੀ ਹੋਈ, ਉਹ ਸਾਰੀ ਰੇਂਜ ਦੇਖ ਰਹੇ।
ਸੋ ਇਧਰ ਕਮਰੇ ਕਮਰੇ ਵੀ ਬਣੇ ਕਮਰੇ ਕਾਦੇ ਉਹ ਗੈਸਟ ਰੂਮ ਆ ਜੀ ਗੈਸਟ ਜੇ ਕੋਈ ਆਵੇ ਤਾਂ ਉਹਨਾਂ ਲਈ ਹਾਂ ਜੀ ਇੱਥੇ ਰੁਕ ਸਕਦਾ ਹਾਂ ਹਾਂ ਜੀ ਹਾਂ ਉਹ ਫੰਕਸ਼ਨ ਕਰਨ ਵਾਲੇ ਸਟੇਜ ਬਣੀ ਹੋਈ ਹੈ ਅੱਛਾ ਅੱਛਾ ਕਰਦੇ ਆ ਲੋਕ ਵਰਤਦੇ ਆ ਲੋਕ ਸਕੂਲਾਂ ਵਾਲੇ ਪਿੰਡਾਂ ਵਾਲੇ ਹਾਂ ਜੀ ਹਾਂ ਜੀ ਸਿਆਸੀ ਨਹੀਂ ਕਰਦੇ ਸਿਆਸੀ ਨਹੀਂ ਕੋਈ ਵੀ ਜੀ ਨਾ ਅਸੀਂ ਕਰਨੇ ਸਿਰਫ ਨਿੱਜੀ ਕਰ ਸਕਦੇ ਨਿੱਜੀ ਕਰ ਸਕਦੇ ਜਾਂ ਕੋਈ ਸਕੂਲ ਦਾ ਜਾਂ ਇੱਦਾਂ ਦਾ ਫੰਕਸ਼ਨ ਕੋਈ ਉਹ ਕਰ ਸਕਦੇ ਉਹ ਕਰ ਸਕਦੇ ਸੋ ਬਹੁਤ ਵਧੀਆ ਜਾਣਕਾਰੀ ਹੈ ਜੀ ਅਤੇ ਅਸੀਂ ਇਸ ਚੀਜ਼ ਨੂੰ ਤਾਂ ਹੀ ਡਾਕਟਰ ਗਿੱਲ ਸਾਹਿਬ ਨਾਲ ਆਪਾਂ ਫਿਨਿਸ਼ ਕਰਦੇ ਹਾਂ ਡਾਕਟਰ ਸਾਹਿਬ ਤੁਸੀਂ ਵੀ ਬਚਪਨ ਤੋਂ ਇਹ ਚੀਜ਼ਾਂ ਦੇਖੀਆਂ ਹੰਢਾਈਆਂ ਤੁਹਾਨੂੰ ਕੀ ਲੱਗਦਾ ਵੀ ਇਹ ਬਣ ਤਾਂ ਜਾਂਦੀਆਂ ਹੁੰਦੀਆਂ ਉਦੋਂ ਬਾਅਦ ਕੋਈ ਫਾਇਦਾ ਉਠਾ ਰਹੇ ਆ ਲੋਕ ਕਿ ਹਾਂਜੀ ਇਹ ਤੁਸੀਂ ਚੰਗਾ ਬਹੁਤ ਕੁਐਸਚਨ ਪੁੱਛਿਆ ਮੇਰੇ ਬਾਪੂ ਜੀ ਮੈਨੂੰ ਯਾਦ ਆ ਇੱਥੇ ਹੀ ਖੜ੍ਹੇ ਸੀ ਜੀ ਇੱਥੇ ਆਪਾਂ ਖੜ੍ਹੇ ਹਾਂ ਜੀ ਅਤੇ ਉਹਨਾਂ ਨੇ ਪਿਆ ਕਿਹਾ ਵੀ ਕਾਕਾ ਦੱਸ ਕੀ ਕਰੀਏ ਜਿਹਦੇ ਨਾਲ ਸਾਰਿਆਂ ਨੂੰ ਜ਼ਿਆਦਾ ਫਾਇਦਾ ਹੋਵੇ ਹਾਂ ਅਸੀਂ ਕਿਹਾ ਜੀ ਕਾਲਜ ਬਣਾਓ ਹਾਂਜੀ ਉਹਨਾਂ ਨੇ ਫਿਰ ਕਾਲਜ ਦੀ ਨੀਂਹ ਰੱਖੀ ਲਾਜਪਤ ਰਾਏ ਕਾਲਜ ਆ ਉੱਥੋਂ ਮੁੰਡੇ ਬੀ ਏ ਤਾਂ ਪੜ੍ਹਦੇ ਆ ਜੀ ਅਤੇ ਰਾਤੀ ਮੈਂ ਗਿਆ ਸੀ ਇੱਕ ਬੱਚੇ ਕੋਲ ਦਰਸ਼ ਉਹ ਇੱਥੋਂ ਦਾ ਗ੍ਰੈਜੂਏਟ ਆ ਹੁਣ ਮੂਵੀਜ਼ ਬਣਾਉਂਦਾ ਜੀ ਉਹ ਆਉਂਦਾ ਵੀ ਜਿਹੜਾ ਆਹ ਕਾਲਜ ਬਣਿਆ ਅਤੇ ਜਿੰਨੇ ਇੱਥੋਂ ਦੇ ਮੁੰਡੇ ਪੜ੍ਹੇ ਆ ਹਾਕੀ 'ਚ ਵੀ ਸਾਡੇ ਪਿੰਡ 'ਚ ਮਸ਼ਹੂਰ ਆ ਪੰਜਾਬ 'ਚ ਇਹਨਾਂ ਦੀ ਅਤੇ ਪੜ੍ਹਾਈ 'ਚ ਵੀ ਜਿੰਨਾ ਇੱਥੇ ਕੁੜੀਆਂ ਪੜ੍ਹੀਆਂ ਸਾਰੀਆਂ ਇਸ ਕਰਕੇ ਉਹਨਾਂ ਨੇ ਕਿੰਨੀ ਤਰੱਕੀ ਕੀਤੀ ਆ ਉਹਦਾ ਕਾਲਜ ਦੀ ਲਾਜਪਤ ਰਾਏ ਕਾਲਜ ਦੀ ਬਹੁਤ ਮਤਲਬ ਦੇਣ ਆ ਉਹ ਬਹੁਤ ਵੱਡਾ ਕੰਮ ਕੀਤਾ ਜਿਹੜਾ ਕਾਲਜ ਬਣਾ ਜੀ ਜੀ ਇਹ ਤਾਂ ਹੁਣ ਪਤਾ ਵੀ ਤੁਹਾਨੂੰ ਲਾਇਬ੍ਰੇਰੀ ਬਣਾ ਤੀ ਪਰ ਯੂਜ਼ ਨਹੀਂ ਹੁੰਦੀ ਪਰ ਜਿਹੜਾ ਕਾਲਜ ਬਣਾਇਆ ਸਕੂਲ ਬਣਾਇਆ ਰਨਿੰਗ ਬੈਨੀਫਿਟ ਦੇ ਇੱਕ ਬੈਂਕ ਬਣਾਇਆ ਪੰਜਾਬ ਨੈਸ਼ਨਲ ਬੈਂਕ ਲਾਲਾ ਜੀ ਨੇ ਫਾਊਂਡਰ ਕੀਤਾ ਉਹ ਜਿਹੜਾ ਉਹਦਾ ਬਹੁਤ ਚੱਲ ਪੰਜਾਬ ਨੈਸ਼ਨਲ ਬੈਂਕ ਦਾ ਫਾਊਂਡਰ ਹੀ ਲਾਲਾ ਜੀ ਸੀ ਹਾਂਜੀ ਲਾਲਾ ਜੀ ਉਹਨਾਂ ਦੇ ਆ ਉਹਨਾਂ ਨੇ ਆਹ ਸਕੂਲ ਖੋਲ੍ਹਿਆ ਸਪਲਾਈ ਅਤੇ ਉਹਨਾਂ ਦਾ ਬੈਂਕ ਵੀ ਬਣਿਆ ਪਹਿਲਾਂ ਬੈਂਕ ਇੱਥੇ ਹੁੰਦਾ ਸੀਗਾ ਫਿਰ ਅੱਛਾ ਉਹਨਾਂ ਨੇ ਹੀ ਫਾਊਂਡਡ ਹਾਸਪਿਟਲ ਹੀ ਫਾਊਂਡਡ ਬੈਂਕ ਹੀ ਫਾਊਂਡਡ ਹੀ ਰਿਫਾਰਮਰਸ ਪੀਪਲ ਸਰਵਿਸ ਸੁਸਾਇਟੀ ਪੀਪਲ ਸਰਵਿਸ ਸੁਸਾਇਟੀ ਦੇ ਮੈਂਬਰ ਪਾਕਿਸਤਾਨ 'ਚ ਵੀ ਆ ਤਾਂ ਪਾਕਿਸਤਾਨ ਇੰਡੀਆ ਦੀ ਲੜਾਈ ਹੁੰਦੀ ਆ ਦੇ ਟਾਕ ਟੂ ਈਚ ਅਦਰ ਹਾਈ ਲੈਵਲ ਬੰਦੇ ਉਹਨਾਂ ਦੇ ਮੈਂਬਰ ਆ ਵੈਰੀ ਇਨਫਲੂਐਂਸ਼ਲ ਸੋ ਕਾਫੀ ਗੱਲਾਂ ਬਾਤਾਂ ਨੇ ਜੀ ਕਈ ਵਾਰ ਕੀ ਹੁੰਦਾ ਵੀ ਅਸੀਂ ਸੁਣੀਆਂ ਸੁਣਾਈਆਂ ਇੱਕ ਗਾਣਾ ਸੁਣ ਕੇ ਆਪਦੇ ਵਿਊ ਬਣਾ ਲੈਂਦੇ ਹਾਂ ਇੱਕ ਮਾੜੀ ਜੀ ਕੋਈ ਟੇਢੀ ਵਿੰਗੀ ਲਿਖਤ ਪੜ੍ਹ ਕੇ ਆਪਦੇ ਵਿਊ ਬਣਾ ਲੈਂਦੇ ਹਾਂ ਥੋੜ੍ਹੀ ਜੀ ਘੋਖ ਪੜਤਾਲ ਕਰ ਲਿਆ ਕਰੋ ਘੋਖ ਪੜਤਾਲ ਕਰਨ ਤੋਂ ਬਾਅਦ ਹੋ ਸਕਦਾ ਤੁਹਾਡੇ ਵੀ ਵਿਚਾਰ ਬਦਲਣ ਕਿਸੇ ਵੀ ਰੂਪ 'ਚ ਸੋ ਮਿਲਦੇ ਹਾਂ ਜੀ ਕਿਸੇ ਅਗਲੇ ਐਪੀਸੋਡ ਲਈਏ ਇਜਾਜ਼ਤ ਜੀ ਫਿਰ ਅਸੀਂ ਵੀ ਦੂਰ ਪੈਂਡਾ ਜਾਣਾ ਜ਼ਰੂਰ ਜੀ ਥੈਂਕ ਯੂ